फ्रंट फुट देख रहे दर्शकों का स्वागत है। मैं चरणजीत कौर। 4 सितंबर तो बाद पंजाब का डीजीपी कौन होएगा, वीके पवरा या फिर गौरव यादव? यह सवाल इसलिए क्योंकि पंजाब दे विच डीजीपी की नियुक्ति नु लेके एक बार मुड़ तो विवाद शुरू हो गया। मान सरकार ने नॉन परफॉर्मेंस का कारण दसो नोटिस छुट्टी ते चल रहे वीके पवरा नु भेज दिता है, जिस तो यह तो स्पष्ट हो गया है कि मान सरकार डीजीपी के अहदे ते वीके पवरा नु देखना नहीं चाहती, क्योंकि मान सरकार की पसंद गौरव यादव है। ਪਹਿਲਾਂ ਪਟਿਆਲਾ 'ਚ ਕਾਲੀ ਮਾਤਾ ਮੰਦਿਰ ਦੇ ਬਾਹਰ ਹਿੰਸਾ, ਫਿਰ ਮੋਹਾਲੀ 'ਚ ਇੰਟੈਲੀਜੈਂਸ ਹੈੱਡਕੁਆਰਟਰ ਤੇ ਆਰਪੀਜੀ ਅਟੈਕ, ਅਤੇ ਇਸ ਦੇ ਬਾਅਦ ਮਾਨਸਾ 'ਚ ਪੰਜਾਬੀ ਗਾਇਕ ਅਤੇ ਕਾਂਗਰਸੀ ਲੀਡਰ ਸਿੱਧੂ ਮੂਸੇਵਾਲਾ ਦਾ ਸਰੇਆਮ ਗੋਲੀਆਂ ਮਾਰ ਕੇ ਕਤਲ। ਮਈ ਮਹੀਨੇ ਦੀਆਂ ਇਹਨਾਂ 3 ਵੱਡੀਆਂ ਵਾਰਦਾਤਾਂ ਨੇ ਸੂਬੇ ਦੇ ਡੀਜੀਪੀ ਵੀਕੇ ਪਵਰਾ ਦੇ ਲਈ ਮੁਸੀਬਤ ਖੜੀ ਕਰ ਦਿੱਤੀ ਹੈ। ਮਾਨ ਸਰਕਾਰ ਪਵਰਾ ਨੂੰ ਪੁਲਿਸ ਫੋਰਸ ਦਾ ਡੀਜੀਪੀ ਰੱਖਣਾ ਨਹੀਂ ਚਾਹੁੰਦੀ, ਇਸੇ ਲਈ ਪਵਰਾ ਨੂੰ ਨਾਨ ਪਰਫਾਰਮੈਂਸ ਦਾ ਨੋਟਿਸ ਭੇਜ ਦਿੱਤਾ ਗਿਆ। एक बड़े अप्रत्याशित घटनाक्रम के तहत पंजाब सरकार ने पंजाब के डायरेक्टर जनरल ऑफ पुलिस वीके पावरा नो शो कॉज नोटिस इशू किया है। शो कॉज नोटिस नॉन परफॉर्मेंस नो लेके जारी किया गया है। वीके पावरा जदों पंजाब के डीजीपी सी, जदों तक वो छुट्टी नहीं गए सी 5 जुलाई तो, उस दौरान जदों आम आदमी पार्टी की सरकार पंजाब दे विच बनी सी नई, उस वक्त 3 मेन घटनावां पंजाब दे विच होईयां सी जिन्हां नू लैके लॉ एंड ऑर्डर नू लैके सवाल लगातार चुके जा रहे सी। ए उस वक्त तो ही ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ, ਚਰਚਾ ਸੀ ਕਿ ਇੰਟੈਲੀਜੈਂਸ ਅਲਰਟ ਸੀਗੇ ਕਿ ਇਸ ਤਰੀਕੇ ਦੀ ਘਟਨਾਵਾਂ ਹੋ ਸਕਦੀਆਂ ਨੇ, ਖਾਸ ਕਰ ਜੋ ਆਰਪੀਜੀ ਅਟੈਕ ਹੋਇਆ ਸੀ ਉਸਦੇ ਇੰਟੈਲੀਜੈਂਸ ਅਲਰਟਸ ਨੂੰ ਲੈ ਕੇ ਸਵਾਲ ਹੋ ਰਹੇ ਸੀ, ਅਤੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਨੂੰ ਲੈ ਕੇ ਵੀ ਪਹਿਲਾਂ ਤੋਂ ਹੀ ਅਲਰਟ ਸੀਗੇ ਕਿ ਸਿੱਧੂ ਮੂਸੇਵਾਲਾ 'ਤੇ ਹਮਲਾ ਹੋ ਸਕਦਾ ਹੈ, ਕਿਉਂਕਿ ਹੁਣ ਵੀ ਜਦੋਂ ਉਸ ਉਹਨਾਂ ਦੇ ਕਤਲ ਕੇਸ ਦੀ ਜਿਹੜੀ ਹੈ ਤਫਤੀਸ਼ ਹੋ ਰਹੀ ਹੈ, ਇਹ ਗੱਲਾਂ ਖੁੱਲ੍ਹ ਕੇ ਆਈਆਂ ਨੇ ਸਾਹਮਣੇ ਕਿ ਪਿਛਲੇ ਸਾਲ ਅਗਸਤ ਤੋਂ ਹੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਿਹੜੀ ਪਲਾਨਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ, ਅਤੇ ਇਸ ਤਰੀਕੇ ਦੇ ਅਲਰਟ ਜਿਹੜੀ ਇਸ ਚੀਜ਼ ਦੇ ਉਹ ਪਹਿਲਾਂ ਤੋਂ ਹੀ ਇਨਪੁੱਟਸ ਜਿਹੜੇ ਸੀਗੇ ਇੰਟੈਲੀਜੈਂਸ ਉਹ ਪੁਲਿਸ ਕੋਲ ਸੀਗੇ, ਪਰ ਉਹਨਾਂ ਦੀ ਹੱਤਿਆ ਜਿਹੜੀ ਹੈ ਉਹ ਰੋਕੀ ਨਹੀਂ ਗਈ, ਬਲਕਿ ਰੋਕ ਨਹੀਂ ਸਕੇ, ਬਲਕਿ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਉਹ ਕੱਟ ਕਰ ਦਿੱਤੀ ਗਈ ਸੀ, ਜਿਸ 'ਤੇ ਅਗਲੇ ਦਿਨ ਹੀ ਉਹਨਾਂ 'ਤੇ ਹਮਲਾ ਹੋ ਜਾਂਦਾ ਅਤੇ ਉਹਨਾਂ ਦੀ ਹੱਤਿਆ ਹੋ ਜਾਂਦੀ ਹੈ। ਅਤੇ ਇੰਟੈਲੀਜੈਂਸ ਅਲਰਟਸ ਦੇ ਬਾਵਜੂਦ ਇਹ ਘਟਨਾਵਾਂ ਕਿਉਂ ਨਹੀਂ ਰੁਕੀਆਂ, ਅਤੇ ਇਸ ਤਰੀਕੇ ਜਿਹੜਾ ਹੈ ਨਾਨ ਪਰਫਾਰਮੈਂਸ ਨੂੰ ਲੈ ਕੇ ਇਹ ਜਿਹੜਾ ਹੈ ਸ਼ੋਅ ਕੌਜ਼ ਨੋਟਿਸ ਜਿਹੜਾ ਹੈ ਵੀਕੇ ਪਵਰਾ ਨੂੰ ਦਿੱਤਾ ਗਿਆ ਹੈ। ਆਖਿਰ ਡੀਜੀਪੀ ਪਵਰਾ ਨੂੰ ਇਹ ਨੋਟਿਸ ਭੇਜਣਾ ਕਿਉਂ ਪਿਆ? ਤਾਂ ਉਸਦਾ ਜਵਾਬ ਇਹ ਹੈ ਕਿ ਮਈ ਮਹੀਨੇ ਦੇ ਵਿੱਚ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਵੱਡਾ ਸਿਆਸੀ ਮੁੱਦਾ ਬਣੀ ਸੀ। 4 ਜੁਲਾਈ ਨੂੰ ਡੀਜੀਪੀ ਵੀਕੇ ਪਵਰਾ ਨੂੰ 2 ਮਹੀਨੇ ਦੀ ਛੁੱਟੀ ਤੇ ਭੇਜਿਆ ਗਿਆ। 1992 ਬੈਚ ਦੇ ਆਈਪੀਐਸ ਅਫਸਰ ਗੌਰਵ ਯਾਦਵ ਨੂੰ ਐਡੀਸ਼ਨਲ ਚਾਰਜ ਦੇ ਦਿੱਤਾ ਗਿਆ। 2 ਮਹੀਨਿਆਂ ਦੇ ਅੰਦਰ ਕਾਨੂੰਨ ਵਿਵਸਥਾ 'ਚ ਸੁਧਾਰ ਹੋਇਆ। ਯਾਦਵ ਦੀ ਅਗਵਾਈ ਦੇ ਵਿੱਚ ਗੈਂਗਸਟਰਾਂ ਨਾਲ ਜੁੜੇ ਜੁਰਮਾਂ 'ਚ ਕਮੀ ਆਈ ਅਤੇ ਨਾਲ ਹੀ ਡਰੱਗਸ ਤੇ ਗੈਂਗਸਟਰ ਮਾਮਲਿਆਂ 'ਚ ਪੁਲਿਸ ਕਾਮਯਾਬ ਰਹੀ। ਪੰਜਾਬ ਸਰਕਾਰ ਨੂੰ ਲੱਗਦਾ ਹੈ ਕਿ ਗੌਰਵ ਯਾਦਵ ਦੇ ਕਾਰਨ ਹਾਲਾਤਾਂ 'ਚ ਸੁਧਾਰ ਹੋਇਆ ਹੈ, ਲਿਹਾਜ਼ਾ ਉਹੀ ਬਣੇ ਰਹਿਣ ਤਾਂ ਸਰਕਾਰ ਦੇ ਲਈ ਚੰਗੀ ਗੱਲ ਹੋਵੇਗੀ। ਪਰ ਸਰਕਾਰ ਨੂੰ ਅਜਿਹਾ ਕਿਉਂ ਲੱਗਦਾ ਹੈ? ਉਸ ਦੀ ਵਜ੍ਹਾ ਇਹ ਹੈ ਕਿ ਜਦੋਂ ਡੀਜੀਪੀ ਯਾਦਵ ਨੂੰ ਕਮਾਨ ਮਿਲੀ ਤਾਂ ਪੰਜਾਬ ਪੁਲਿਸ ਨੇ ਮੂਸੇਵਾਲਾ ਦੇ ਸ਼ੂਟਰ ਮਨਪ੍ਰੀਤ ਕੁੱਸਾ ਅਤੇ ਜਗਰੂਪ ਰੂਪਾ ਨੂੰ ਅਟਾਰੀ ਦੇ ਨੇੜੇ ਐਨਕਾਊਂਟਰ 'ਚ ਢੇਰ ਕਰ ਦਿੱਤਾ। ਅਜ਼ਰਬੈਜਾਨ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਾਣਜਾ ਸਚਿਨ ਥਾਪਨ ਫੜਿਆ ਗਿਆ। ਗੁਜਰਾਤ ਅਤੇ ਮਹਾਰਾਸ਼ਟਰ ਦੀ ਬੰਦਰਗਾਹ ਅਤੇ ਸਮੁੰਦਰ ਦੇ ਰਾਹੀਂ ਆਈ 1 ਕੁਇੰਟਲ ਤੋਂ ਵੱਧ ਹੈਰੋਇਨ ਫੜੀ ਗਈ। ਅੰਮ੍ਰਿਤਸਰ 'ਚ ਸਬ ਇੰਸਪੈਕਟਰ ਦੀ ਗੱਡੀ 'ਚ ਬੰਬ ਲਾਉਣ ਦੇ ਮੁਲਜ਼ਮ ਫੜੇ ਗਏ। ਮੋਹਾਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 24 ਅਗਸਤ ਨੂੰ ਹੋਇਆ ਪ੍ਰੋਗਰਾਮ ਬਿਨਾਂ ਕਿਸੇ ਵਿਵਾਦ ਦੇ ਖਤਮ ਹੋਇਆ। ਕਾਨੂੰਨ ਵਿਵਸਥਾ ਪੱਖੋਂ ਪੁਲਿਸ ਅਤੇ ਪੰਜਾਬ ਸਰਕਾਰ ਲਈ ਸਭ ਠੀਕ ਠਾਕ ਚੱਲ ਰਿਹਾ। ਇਸੇ ਦਰਮਿਆਨ 5 ਸਤੰਬਰ ਨੂੰ ਹੁਣ ਡੀਜੀਪੀ ਵੀਕੇ ਪਵਰਾ ਦੀ ਛੁੱਟੀ ਖਤਮ ਹੋ ਰਹੀ ਹੈ। ਜਾਣਕਾਰੀ ਦੇ ਮੁਤਾਬਿਕ ਸਰਕਾਰ ਨੇ ਪਵਰਾ ਨੂੰ 2 ਬਦਲ ਸੁਝਾਏ ਨੇ। ਪਹਿਲਾ ਇਹ ਕਿ ਪਵਰਾ ਆਪਣੀ ਛੁੱਟੀ ਅੱਗੇ ਵਧਾ ਲੈਣ, ਨਹੀਂ ਤਾਂ ਦੂਜੀ ਥਾਂ ਦੱਸਣ ਜਿੱਥੇ ਤੈਨਾਤੀ ਚਾਹੁੰਦੇ ਨੇ। ਜਾਣਕਾਰੀ ਦੇ ਮੁਤਾਬਿਕ ਪਵਰਾ ਨੇ ਸਰਕਾਰ ਦੀਆਂ ਦੋਵੇਂ ਗੱਲਾਂ ਨਹੀਂ ਮੰਨੀਆਂ। ਸਰਕਾਰ ਉਹਨਾਂ ਨੂੰ ਡੀਜੀਪੀ ਰੱਖਣਾ ਨਹੀਂ ਚਾਹੁੰਦੀ ਅਤੇ ਪਵਰਾ ਆਪਣੀ ਪੋਸਟ ਛੱਡਣਾ ਨਹੀਂ ਚਾਹੁੰਦੇ।
ਇਸ ਲਈ ਸਰਕਾਰ ਨੂੰ ਲੱਗਿਆ ਕਿ ਮਈ ਮਹੀਨੇ ਦੀਆਂ ਘਟਨਾਵਾਂ ਤੇ ਪਵਰਾਂ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਜਾਏ ਕਿਉਂਕਿ ਬਿਨਾਂ ਇਸ ਦੇ ਯੂਪੀਐਸਸੀ ਦੇ ਜ਼ਰੀਏ ਨਿਯੁਕਤ ਹੋਏ ਡੀਜੀਪੀ ਨੂੰ ਹਟਾਉਣਾ ਮਾਨ ਸਰਕਾਰ ਦੇ ਲਈ ਆਸਾਨ ਨਹੀਂ ਹੈ। ਜੇ ਉਹਨਾਂ ਕੋਲ ਚੁਆਇਸ ਨਹੀਂ ਹੈ ਤੇ ਪੰਜਾਬ ਸਰਕਾਰ ਕੋਲ ਵੀ ਬਹੁਤ ਜ਼ਿਆਦਾ ਚੁਆਇਸ ਨਹੀਂ ਹੈਗੀ ਕਮਿਊਨੀਕੇਸ਼ਨ ਕਰਨ ਤੋਂ ਇਲਾਵਾ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਇਨਸਾਈਡ ਆਊਟ ਕਿ ਹਾਂ ਅਸੀਂ ਪੂਰਾ ਫਾਈਨਲ ਕਾਲ ਨਹੀਂ ਲੈ ਸਕਦੇ, ਡਿਪਾਰਟਮੈਂਟ ਆਫ ਪਰਸਨਲ ਜਿਹੜਾ ਹੁੰਦਾ ਹੈ ਉਹ ਕਿਸ ਤਰ੍ਹਾਂ ਇਸ ਚੀਜ਼ ਨੂੰ ਰਿਐਕਟ ਕਰੇਗਾ, ਕਿਉਂਕਿ ਯੂਪੀਐਸਸੀ ਦੇ ਅਪੁਆਇੰਟਮੈਂਟ ਆਫ ਡੀਜੀ ਔਰ ਰਿਮੂਵਲ ਆਫ ਡੀਜੀ ਦੇ ਜਿਹੜੀ ਚੀਜ਼ਾਂ ਉਹ ਬਦਲ ਗਈਆਂ 2018 ਤੋਂ ਬਾਅਦ, ਚਾਹੇ ਦਿਨਕਰ ਗੁਪਤਾ ਦੀ ਅਪੁਆਇੰਟਮੈਂਟ ਹੋਈ, ਉਸ ਤੋਂ ਬਾਅਦ ਜਿੰਨੇ ਵੀ ਡੀਜੀ ਰੈਗੂਲਰ ਡੀਜੀ ਲਗਾਏ ਗਏ ਉਹ ਇੱਦਾਂ ਲਗੇ ਗਏ, ਕਿਉਂਕਿ ਗੌਰਵ ਯਾਦਵ ਇਜ਼ ਹੈਜ਼ ਨਾਟ ਕਮ ਥਰੂ ਯੂਪੀਐਸਸੀ, ਉਹ ਤਾਂ ਇੱਕ ਸਟੋਪ ਗੈਪ ਅਰੇਂਜਮੈਂਟ ਸੀਗਾ, ਜਦੋਂ ਛੁੱਟੀ ਚਲੇ ਗਏ ਉਹਨਾਂ ਨੂੰ ਲਗਾ ਦਿੱਤਾ ਤੇ ਹੁਣ ਉਹ ਵਾਪਸ ਆ ਰਹੇ ਨੇ ਤੇ ਇਹਨਾਂ ਦਾ ਕੀ ਕਰਨਗੇ ਉਹ ਬੜਾ ਅਜੀਬ ਹੈ। ਲੇਕਿਨ ਪੰਜਾਬ ਗਵਰਨਮੈਂਟ ਜ਼ੋਰ ਲਗਾ ਰਹੀ ਹੈ, ਲੈਟਸ ਸੀ ਸੈਂਟਰ ਵਰਸਿਸ ਪੰਜਾਬ ਸਰਕਾਰ, ਮੈਨੂੰ ਲੱਗਦਾ ਇਸ ਚੀਜ਼ ਤੋਂ ਵੀ ਹੋ ਜਾਏਗਾ। ਇਹ ਚਿੱਠੀ ਜਾਰੀ, ਸ਼ੋ ਕਾਜ਼ ਨੋਟਿਸ ਜਾਰੀ ਕਰਕੇ ਵੀ ਅਸੀਂ ਤੁਹਾਨੂੰ ਨਹੀਂ ਚਾਹੁੰਦੇ, ਲੇਕਿਨ ਸਟਿਲ ਇਫ ਯੂਪੀਐਸਸੀ ਦੇ ਥਰੂ ਜਾਂ ਰੂਲ ਬੁੱਕ ਦੇ ਥਰੂ ਭਵਰਾ ਜੇ ਪ੍ਰਵੇਲ ਕਰ ਜਾਂਦੇ ਨੇ ਔਰ ਆ ਕੇ ਡੀਜੀ ਦੁਬਾਰਾ ਜੁਆਇਨ ਕਰ ਲੈਂਦੇ ਨੇ ਤਾਂ ਡੈਫੀਨੇਟਲੀ ਮਤਲਬ ਉਹ ਹੀ ਸਿਚੁਏਸ਼ਨ ਹੋ ਜਾਂਦੀ ਹੈ ਵੀ ਦ ਰਾਈਟ ਹੈਂਡ ਡਜ਼ਨਟ ਵਾਂਟ ਦ ਲੈਫਟ, ਅਤੇ ਉਹ ਸਿਚੁਏਸ਼ਨ ਹੋ ਜਾਊਗੀ ਵੀ ਸਰਕਾਰ ਤੁਹਾਨੂੰ ਲਾਉਣਾ ਨਹੀਂ ਚਾਹੁੰਦੀ ਸੀ, ਤੁਸੀਂ ਆ ਕੇ ਲੱਗ ਗਏ, ਹੁਣ ਤੁਸੀਂ ਇਕੱਠੇ ਕੰਮ ਕਿੱਦਾਂ ਕਰੋਗੇ ਇੰਪੋਰਟੈਂਟ ਹੋਊਗਾ। ਅਤੇ ਡੈਫੀਨੇਟਲੀ ਇਹਦੇ 'ਚ ਕਈ ਚੀਜ਼ਾਂ ਹੋਣਗੀਆਂ, ਲੋਬੀਜ਼ ਵੀ ਹੁੰਦੀਆਂ ਪੁਲਿਸ ਡਿਪਾਰਟਮੈਂਟ ਦੇ ਵਿੱਚ, ਲੇਕਿਨ ਆਈ ਥਿੰਕ ਟੂ ਲਿਟਲ ਟੂ ਲੇਟ ਕਰਤਾ ਪੰਜਾਬ ਸਰਕਾਰ ਨੇ, ਬਹੁਤ ਐਂਡ ਤੱਕ ਵੇਟ ਕੀਤੀ, ਹੁਣ ਜਦੋਂ ਛੁੱਟੀ ਤੋਂ ਖਤਮ ਹੋਣ ਨੂੰ 3 ਦਿਨ ਰਹਿ ਗਏ। ਮਾਨ ਸਰਕਾਰ ਡੀਜੀਪੀ ਪਵਰਾਂ ਨੂੰ ਵਾਪਸ ਨਹੀਂ ਚਾਹੁੰਦੀ ਤੇ ਡੀਜੀਪੀ ਕਿਸੇ ਹੋਰ ਥਾਂ ਤੈਨਾਤ ਨਹੀਂ ਹੋਣਾ ਚਾਹੁੰਦੇ, ਇਸ ਲਈ ਡੀਜੀਪੀ ਪਵਰਾਂ ਨੂੰ ਪਰਾਂ ਕਰਨਾ ਮਾਨ ਸਰਕਾਰ ਲਈ ਸੌਖਾ ਨਹੀਂ ਹੈ। ਹਾਲਾਂਕਿ ਉੱਤਰ ਪ੍ਰਦੇਸ਼ ਦੀਆਂ ਕਈ ਉਦਾਹਰਨਾਂ ਜ਼ਰੂਰ ਮੌਜੂਦ ਨੇ ਜਿੱਥੇ ਨਿਕੰਮੇਪਨ ਕਰਕੇ ਡੀਜੀਪੀਜ਼ ਨੂੰ ਆਪਣੀਆਂ ਕੁਰਸੀਆਂ ਤੋਂ ਹਟਾਇਆ ਜਾ ਚੁੱਕਿਆ ਹੈ। ਪੰਜਾਬ ਸਰਕਾਰ ਦੇ ਫ੍ਰੀਬੀ ਵਾਲੇ ਸਟੰਟ ਨੇ ਖਜ਼ਾਨੇ ਨੂੰ ਕਰੰਟ ਲਗਾਇਆ ਹੋਇਆ ਅਜਿਹਾ, ਇਸ ਲਈ ਕਿਉਂਕਿ ਜੋ 300 ਯੂਨਿਟ ਮੁਫਤ ਬਿਜਲੀ ਵਾਲੀ ਯੋਜਨਾ ਹੈ ਉਸਨੇ ਪੀਐਸਪੀਸੀਐਲ ਤੇ ਭਾਰ ਵਧਾਇਆ ਹੋਇਆ। ਪਹਿਲਾਂ ਤੋਂ ਹੀ ਪੀਐਸਪੀਸੀਐਲ 17,000 ਕਰੋੜ ਦੇ ਕਰਜ਼ੇ ਹੇਠ ਹੈ ਤੇ ਜੋ 300 ਯੂਨਿਟ ਮੁਫਤ ਬਿਜਲੀ ਵਾਲੀ ਯੋਜਨਾ ਹੈ ਉਸਦੇ ਨਾਲ ਹਾਲਾਤ ਇਹ ਹੋ ਗਏ ਨੇ ਕਿ ਹੁਣ ਜੋ ਕੰਮਕਾਜ ਹੈ ਪੀਐਸਪੀਸੀਐਲ ਦਾ, ਜੋ ਤਨਖਾਹਾਂ ਦੇਣੀਆਂ ਮੁਲਾਜ਼ਮਾਂ ਨੂੰ, ਉਹ ਵੀ ਔਖੀਆਂ ਹੋ ਰਹੀਆਂ ਨੇ। ਪੰਜਾਬ ਸਰਕਾਰ ਦੀ ਮੁਫਤ ਬਿਜਲੀ ਵਾਲੀ ਸਕੀਮ ਆਪਣੇ ਹੀ ਵਿਭਾਗ ਤੇ ਭਾਰੂ ਪੈ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ 'ਚ ਘਰੇਲੂ ਉਪਭੋਗਤਾਵਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਸੀ। ਇਹ ਮੁਫਤ ਵਾਲੀ ਸਕੀਮ ਪੰਜਾਬ 'ਚ 1 ਜੁਲਾਈ ਤੋਂ ਲਾਗੂ ਵੀ ਹੋ ਚੁੱਕੀ ਹੈ। ਆਉਣ ਵਾਲੇ ਸਮੇਂ 'ਚ ਇਹ ਸਕੀਮ ਕਿਵੇਂ ਚੱਲੇਗੀ ਇਹ ਆਪਣੇ ਆਪ 'ਚ ਵੱਡਾ ਸਵਾਲ ਬਣ ਗਿਆ ਕਿਉਂਕਿ ਪੰਜਾਬ ਸਰਕਾਰ ਵੱਲ ਪੀਐਸਪੀਸੀਐਲ ਦਾ ਪਹਿਲਾਂ ਤੋਂ ਹੀ ਕਰੋੜਾਂ ਰੁਪਿਆ ਬਕਾਇਆ ਖੜਾ ਹੈ। 1 ਜੁਲਾਈ 2022 ਤੋਂ ਪੰਜਾਬ ਸਰਕਾਰ ਨੇ ਘੋਸ਼ਣਾ ਕੀਤੀ ਸੀ ਕਿ ਡੋਮੈਸਟਿਕ ਕੰਜ਼ਿਊਮਰਸ ਜਿਹੜੇ ਨੇ, ਘਰੇਲੂ ਉਪਭੋਗਤਾ ਨੇ, ਉਹਨਾਂ ਨੂੰ 300 ਯੂਨਿਟ ਹਰ ਮਹੀਨੇ ਮੁਫਤ ਬਿਜਲੀ ਮਿਲੇਗੀ। 2 ਮਹੀਨੇ ਦਾ ਬਿੱਲ ਦਾ ਸਾਈਕਲ ਹੁੰਦਾ ਹੈ ਪੰਜਾਬ ਦੇ ਵਿੱਚ, ਜੁਲਾਈ ਤੇ ਅਗਸਤ। ਹੁਣ ਬਿੱਲ ਜਾਣਗੇ ਪੰਜਾਬ ਦੇ ਕੰਜ਼ਿਊਮਰਸ ਨੂੰ ਤੇ ਦੇਖਣਾ ਇਹ ਹੈ ਕਿ ਕਿੰਨੇ ਕੰਜ਼ਿਊਮਰਸ ਨੂੰ ਉਹ ਫਾਇਦਾ ਜਿਹੜਾ ਹੈ 300 ਯੂਨਿਟ ਪਰ ਮੰਥ ਫ੍ਰੀ ਬਿਜਲੀ ਦਾ ਉਹ ਮਿਲਦਾ ਹੈ। ਹਾਲਾਂਕਿ ਇਸਦੀ ਜੇ ਫਾਈਨੈਂਸ਼ੀਅਲ ਇੰਪਲੀਕੇਸ਼ਨਸ ਅਸੀਂ ਦੇਖੀਏ ਤੇ ਪੀਐਸਪੀਸੀਐਲ ਜਿਹੜਾ ਆਲਰੇਡੀ ਜਿਹੜਾ ਹੈ ਫਾਈਨੈਂਸ਼ੀਅਲ ਉਸ ਤੋਂ ਗੁਜ਼ਰ ਰਿਹਾ, ਮਾੜੀ ਹਾਲਾਤ ਤੋਂ ਗੁਜ਼ਰ ਰਿਹਾ, ਉਸਦੇ ਲਈ ਇਹ ਸਾਰਾ ਜਿਹੜਾ ਹੈ ਉਹ ਕਾਫੀ ਮਹਿੰਗਾ ਪਏਗਾ। ਆਓ ਤੁਹਾਨੂੰ ਪਹਿਲਾਂ ਦੱਸਦੇ ਹਾਂ ਕਿ ਪੰਜਾਬ ਸਰਕਾਰ ਨੇ ਪੀਐਸਪੀਸੀਐਲ ਨੂੰ ਕਿੰਨੀ ਬਕਾਇਆ ਰਾਸ਼ੀ ਦੇਣੀ ਹੈ। 15 ਅਗਸਤ ਤੱਕ ਦਾ 12,100 ਕਰੋੜ ਰੁਪਿਆ ਬਕਾਇਆ ਹੈ। 9,640 ਕਰੋੜ ਸਬਸਿਡੀਆਂ ਦਾ ਬਕਾਇਆ ਹੈ। ਸਰਕਾਰੀ ਅਦਾਰਿਆਂ ਦਾ ਬਕਾਇਆ 2,500 ਕਰੋੜ ਹੈ। 6,310 ਕਰੋੜ ਪੇਮੈਂਟ ਸਰਕਾਰ ਵੱਲੋਂ 15 ਅਗਸਤ ਤੱਕ ਸਬਸਿਡੀਆਂ ਲਈ ਦਿੱਤੀ ਗਈ ਹੈ। ਇਹ ਤਾਂ ਬਕਾਇਆ ਸਰਕਾਰ ਵੱਲ ਖੜਾਈ ਹੈ, ਪਰ ਹਰ ਮਹੀਨੇ ਤਨਖਾਹਾਂ ਤੇ ਪੈਨਸ਼ਨਾਂ ਦੇ ਰੂਪ 'ਚ 390 ਕਰੋੜ ਪੀਐਸਪੀਸੀਐਲ ਵੱਲੋਂ ਖਰਚ ਵੀ ਕੀਤਾ ਜਾਂਦਾ ਹੈ। ਬਿਜਲੀ ਬੋਰਡ ਦਾ ਕੰਮ ਇਲੈਕਟ੍ਰਿਸਿਟੀ ਐਕਟ 2003 ਦੇ ਅਧੀਨ ਚੱਲਦਾ ਹੈ। ਇਲੈਕਟ੍ਰਿਸਿਟੀ ਬੋਰਡ ਕੀ ਫੰਕਸ਼ਨਿੰਗ ਵੋ ਹੈ
इलेक्ट्रिसिटी एक्ट 2003 के अधीन और इन पर्टिकुलर सब्सिडी कैसे दी जाए, किन शर्तों पे दी जाए, क्या कंडीशंस हैं, वो भी सारे इलेक्ट्रिसिटी एक्ट 2003 में स्पेसिफाइड है। सबसे इम्पोर्टेंट बात समझने की ये है कि ऑपरेशन ऑफ द इलेक्ट्रिसिटी डिपार्टमेंट पावरकॉम उसको गवर्न करता है इलेक्ट्रिसिटी एक्ट, क्योंकि इलेक्ट्रिसिटी एक्ट एक कानून है जो पार्लियामेंट ने 2003 साल में पास किया, उसको नाम रखा इलेक्ट्रिसिटी एक्ट 2003। और उस एक्ट में जो सब्सिडी के बारे प्रोविजन दिया वो कानून बन जाता है। सरकार ने लोगों नूं मुफ्त बिजली तां देनी शुरू कर दिती है, पर बिजली बोर्ड किन्ने घाटे च जावेगा इसका ध्यान नहीं रखा गया। इलेक्ट्रिसिटी एक्ट में इसलिए धारा 65 डाली गई और उस धारा में बड़ा क्लियरली कहा गया कि सरकार अगर किसी भी कैटेगरी को सस्ती या फ्री बिजली देना चाहती है तो दे सकती है, पर शर्तें दो या तीन हैं। पहली शर्त ये है कि उस फ्री बिजली का जो जितना खर्चा होगा वो बिजली बोर्ड को देना पड़ेगा, क्योंकि ये सरकार के कहने पर किसी कैटेगरी ए बी सी एक्स वाई जेड को मुफ्त बिजली दी जा रही है। तो बिजली बोर्ड की फाइनेंसेस को प्रोटेक्ट करने के लिए उन्होंने कहा कि ये जो सब्सिडी सप्लाई दोगे इसका जो आउटलाइन रेगुलेटरी कमीशन डिसाइड करेगा, ये क्योंकि रेगुलेटरी कमीशन इंडिपेंडेंट बॉडी, उसका काम ही यही है। तो रेगुलेटरी कमीशन ये डिसाइड करेगा कि इस फ्री बिजली देने में बिजली बोर्ड का कितना खर्चा हुआ और वो खर्चा फिर बिजली बोर्ड को स्टेट गवर्नमेंट का देना लाजमी बनता है। और ये दूसरी शर्त लगाई कि ये खर्चा एडवांस में देना चाहिए, वो एडवांस खर्चा नहीं देते। तो वो एक्ट में लिखा है कि जो फ्री पावर का जो ऑर्डर इटसेल्फ वो रद्द हो जाएगा। यानी कि इसका सीधा सीधा मतलब है कि जो सरकार ने 1 जुलाई तो मुफ्त बिजली देन दी सहूलत शुरू की है, तब बिजली बोर्ड नो उसका भुगतान जून महीने ही करना सी, जो अजे तक नहीं किया गया। आम आदमी पार्टी कहती रही है कि असी लोगों का पैसा ही लोगों से खर्च करांगे, जो लोग पैसा टैक्सिस के रूप देंगे ने उही पैसा लोगों को सुविधावां देने दे विच खर्च किया जाएगा। जो प्रोमिसिज खासकर जो फ्री की सुविधावां देने की गल जी आम आदमी पार्टी करती है, पर सानू ये समझने की लोड़ है कि कोई भी चीज़ जी है वो असल दे विच फ्री नहीं होंदी है। जनता नू सरकार जी है वो सुविधा फ्री दे सकती है, पर सरकार दे लई वो सुविधा फ्री नहीं है, क्योंकि सरकार नू उसदे वास्ते पैसा खर्चना पएगा। फॉर एग्जाम्पल जिदा हुण बिजली की गल असी कर रहे ने, बिजली सरकार अगर 300 यूनिट पर मंथ जिहड़े डोमेस्टिक कंज्यूमर्स ने उन्हां नू फ्री देणगी, पर सरकार नू तां उसदी पेमेंट करनी पवेगी, सरकार नू PSPCL नू पेमेंट जिहड़ी है उसदी करनी पवेगी, ते उसदे लई एडिशनल रेवेन्यू जिहड़ा है हर सरकार नू जनरेट करना पएगा। भावें दूजियां स्कीमां दी गल कर लईए असीं, जिदा कि बसां दे विच सरकारी पब्लिक ट्रांसपोर्ट दे विच महिलावां नू फ्री जिहड़ा ट्रांसपोर्टेशन, फ्री जिहड़ा ट्रैवल दी सुविधा है उसदी गल कर लईए, ते सरकार बेशक महिलावां नूं फ्री ट्रैवल दी सुविधा है, पर सरकार नूं उह पेमेंट जिहड़ी आ आखिरकार जिहड़ी पब्लिक ट्रांसपोर्ट कंपनीज ने उन्हां नूं करनी पैंदी है। इदां ही बाकी जिहड़ियां सुविधावां ने उन्हां दी पेमेंट भी सरकार नूं आखिरकार जिस तों उह सुविधा ले रहे ने, जिस तों उह समान खरीद रहे ने, उस नूं पे करनियां पैंदियां ने। ते असल दे विच कोई चीज़ फ्री नहीं हुंदी है, जनता नूं फ्री दे सकदे ने पर सरकार नूं उसदी पेमेंट करनी पएगी, ते जदों तक एडिशनल रेवेन्यू उसदे वास्ते सरकार जनरेट नहीं करेगी इह सुविधावां सरकार वास्ते इक फाइनेंशियल बर्डन ही साबित होणगियां। ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਪਰ ਬ੍ਰੇਕ ਦੇ ਉਸ ਪਾਰ ਤੋਂ ਦੱਸਾਂਗੇ ਕਿ ਕਿਵੇਂ ਆਬਕਾਰੀ ਨੀਤੀ ਤੇ ਆਮ ਆਦਮੀ ਪਾਰਟੀ ਨੂੰ ਘੇਰ ਰਹੀਆਂ ਨੇ ਦੋਵੇਂ ਵਿਰੋਧੀ ਧਿਰਾਂ।
नवी आबकारी नीति के मसले से पंजाब सरकार नूं घेरन दे लई विरोधी धिर एकजुट हो गए ने। पहला अकाली दल राजपाल नूं मिलिया सीबीआई जांच की मांग की थी, ते हुण कांग्रेस ने भी इकट्ठे होकर राजपाल दे नाल मुलाकात की थी, ते सीबीआई जांच मंगी है आबकारी नीति के खिलाफ भी, ते माइनिंग माफिया के खिलाफ भी। निर्माता सेम ने, डायरेक्टर भी सेम ने, इस फिल्म दी प्रोड्यूसर भी सेम ने, फाइनेंसर भी सेम। जेड़ी दिल्ली दी पॉलिसी है सेम है पंजाब वाली। सिसोदिया साहब ने, आम आदमी पार्टी केजरीवाल ने डर के वो वापस कर ली, फिर पंजाब दी क्यों नहीं कर रहे? ते उन्हां मिनिस्टरां नूं जेड़े इनवॉल्व ने दिल्ली दे ते पंजाब दे, ऑन सिमिलर ग्राउंड सीबीआई इन्हां नूं भी प्रोब करे। जिवें लेफ्टिनेंट गवर्नर दिल्ली ने इंक्वायरी करके केस रजिस्टर होया, एदी इंक्वायरी पंजाब दी भी इमीडिएटली सीबीआई दी ईडी नूं कीती जाए। नवी एक्साइज पॉलिसी ते मान सरकार चौं पासियों गिर गई है। अकाली दल तो बाद हुन कांग्रेस ने भी शराब नीति दी सीबीआई जांच दी मांग कर दी है। इल्जाम लाए ने कि एक्साइज पॉलिसी दा डायरेक्टर प्रोड्यूसर ते फाइनेंसर इको है। ये सेम निर्माता सेम ने, डायरेक्टर भी सेम ने, इस फिल्म ते प्रोड्यूसर भी सेम ने, फाइनेंसर भी सेम। दिल्ली दे विच मनीष सिसोदिया साहब ਜਿਹੜੇ ਸਾਹ ਹਰਪਾਲ ਸਿੰਘ ਚੀਮਾ ਨੂੰ ਬੁਲਾਉਂਦੇ ਰਹੇ ਨੇ, ਜਿਹੜੇ ਪੰਜਾਬ ਦੇ ਚੀਫ ਸੈਕਟਰੀ ਨੂੰ ਬੁਲਾਉਂਦੇ ਰਹੇ ਨੇ, ਜਿਹੜੇ ਸਾਡੇ ਫਾਈਨੈਂਸ ਤੇ ਐਕਸਾਈਜ਼ ਸੈਕਟਰੀ ਨੂੰ ਬੁਲਾਉਂਦੇ ਰਹੇ ਨੇ, ਉੱਥੇ ਕੋਈ ਨੌਲੇਜ ਸ਼ੇਅਰਿੰਗ ਨਹੀਂ ਸੀ ਹੁੰਦੀ। ਅਸੀਂ ਗਵਰਨਰ ਸਾਹਿਬ ਨੂੰ ਦੱਸਿਆ ਜੀ, ਨੌਲੇਜ ਸ਼ੇਅਰਿੰਗ ਤਾਂ ਟੈਲੀਫੋਨ ਤੇ ਵੀ ਹੋ ਸਕਦੀ। ਨੇਕ ਸੁਝਾਅ ਤੇ ਬੰਦਾ ਜਦੋਂ ਮਰਜ਼ੀ ਦੇ ਸਕਦਾ ਤੇ ਸੁਣ ਸਕਦਾ, ਇਹ ਨੇਕ ਸੁਝਾਅ ਨਹੀਂ ਸੀ। ਇਹ ਬੇਸਿਕਲੀ ਪੰਜਾਬ ਨੂੰ ਠੱਗਣ ਦੀ, ਡਾਕਾ ਮਾਰਨ ਦੀ ਤਿਆਰੀ ਕੀਤੀ ਜਾ ਰਹੀ ਸੀ। ਉਹਨਾਂ ਅਫਸਰਾਂ ਨੂੰ ਤੇ ਉਹਨਾਂ ਮਿਨਿਸਟਰਾਂ ਨੂੰ ਜਿਹੜੇ ਇਨਵੋਲਵ ਨੇ ਦਿੱਲੀ ਦੇ ਤੇ ਪੰਜਾਬ ਦੇ, ਔਨ ਸਿਮਿਲਰ ਗਰਾਊਂਡ ਸੀਬੀਆਈ ਇਹਨਾਂ ਨੂੰ ਵੀ ਪ੍ਰੋਬ ਕਰੇ। ਤੇ ਨਾਲੇ ਤੁਸੀਂ ਦੇਖੋ ਜਿਹੜੀ ਦਿੱਲੀ ਦੀ ਪਾਲਿਸੀ ਹੈ ਸੇਮ ਹੈ ਪੰਜਾਬ ਵਾਲੀ। ਸਿਸੋਦੀਆ ਸਾਹਿਬ ਨੇ ਤੇ ਆਮ ਆਦਮੀ ਪਾਰਟੀ ਕੇਜਰੀਵਾਲ ਨੇ ਡਰ ਕੇ ਉਹ ਵਾਪਸ ਕਰ ਲਈ, ਫਿਰ ਪੰਜਾਬ ਦੀ ਕਿਉਂ ਨਹੀਂ ਕਰ ਰਹੇ? ਬਹੁਤ ਵੱਡਾ 500 ਕਰੋੜ ਦਾ ਘਪਲਾ ਹੈ। ਅਸੀਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਕਿ ਜਿਵੇਂ ਲੈਫਟੀਨੈਂਟ ਗਵਰਨਰ ਦਿੱਲੀ ਨੇ ਇਨਕੁਆਇਰੀ ਕਰਕੇ ਕੇਸ ਰਜਿਸਟਰ ਹੋਇਆ, ਸਿਸੋਦੀਆ ਸਾਹਿਬ ਕਿਸੇ ਵੀ ਟਾਈਮ ਫੜ ਸਕਦੇ ਹੈ, ਇਹਦੀ ਇਨਕੁਆਇਰੀ ਪੰਜਾਬ ਦੀ ਵੀ ਇਮੀਡੀਏਟਲੀ ਸੀਬੀਆਈ ਤੇ ਈਡੀ ਨੂੰ ਕੀਤੀ ਜਾਏ। ਬੁੱਧਵਾਰ ਨੂੰ ਹੀ ਅਕਾਲੀ ਦਲ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪ ਐਕਸਾਈਜ਼ ਪਾਲਿਸੀ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਕਾਂਗਰਸ ਨੇ ਇੱਕ ਕਦਮ ਹੋਰ ਅੱਗੇ ਪੁੱਟਦਿਆਂ ਨਜਾਇਜ਼ ਮਾਈਨਿੰਗ ਦੇ ਮੁੱਦੇ ਤੇ ਵੀ ਮਾਨ ਸਰਕਾਰ ਨੂੰ ਘੇਰਾ ਪਾ ਲਿਆ। ਸਰਹੱਦੀ ਇਲਾਕਿਆਂ 'ਚ ਸ਼ਰੇਆਮ ਨਜਾਇਜ਼ ਮਾਈਨਿੰਗ ਦੇ ਇਲਜ਼ਾਮ ਲਗਾਉਂਦਿਆਂ ਐਨਆਈਏ ਤੋਂ ਜਾਂਚ ਦੀ ਮੰਗ ਕਰ ਦਿੱਤੀ ਹੈ। ਆਧਾਰ, ਬੀਐਸਐਫ ਤੇ ਆਰਮੀ ਵੱਲੋਂ ਹਾਈਕੋਰਟ 'ਚ ਦਿੱਤੇ ਐਫੀਡੈਵਿਟ ਨੂੰ ਬਣਾਇਆ ਅਤੇ ਮਾਈਨਿੰਗ ਮੰਤਰੀ ਦੇ ਉਹਨਾਂ ਦਾਅਵਿਆਂ ਤੇ ਸਵਾਲ ਚੁੱਕੇ ਨੇ ਜਿਸ 'ਚ ਉਹ ਪੰਜਾਬ 'ਚ ਨਜਾਇਜ਼ ਮਾਈਨਿੰਗ ਖਤਮ ਕਰਨ ਦਾ ਦਮ ਭਰਦੇ ਨੇ। ਔਨ ਦੀ ਫਲੋਰ ਆਫ ਦੀ ਹਾਊਸ ਹਰਜੋਤ ਸਿੰਘ ਬੈਂਸ ਨੇ ਤੇ ਇਹਨਾਂ ਦੇ ਚੀਫ ਮਿਨਿਸਟਰ ਨੇ ਭਗਵੰਤ ਮਾਨ ਨੇ ਮਿਸਲੀਡ ਕੀਤਾ ਪੰਜਾਬ ਦੇ ਲੋਕਾਂ, ਇੱਕ ਝੂਠੀ ਸਟੇਟਮੈਂਟ ਦਿੱਤੀ, ਕਿਹਾ ਕਿ ਬਿਲਕੁਲ ਮਾਈਨਿੰਗ ਨਹੀਂ ਹੋ ਰਹੀ। ਔਨ ਦੀ ਕੰਟਰੀ ਹੋਇਆ ਕਿ ਫਿਰ ਬਾਰਡਰ ਸਿਕਿਉਰਿਟੀ ਫੋਰਸ ਜਿਹੜੀ ਹਿੰਦੁਸਤਾਨ ਦੇ ਬਾਰਡਰ ਨੂੰ ਪ੍ਰੋਟੈਕਟ ਕਰਦੀ ਹੈ, ਉਹਨਾਂ ਨੇ ਫਿਰ ਆਪ ਐਫੀਡੇਵਿਟ ਦਿੱਤਾ ਆਨਰੇਬਲ ਹਾਈਕੋਰਟ 'ਚ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ। ਬਹੁਤ ਸੰਗੀਨ, ਬੜੇ ਸੀਰੀਅਸ ਇਲਜ਼ਾਮ ਲਗਾਏ ਕਿ ਬਾਰਡਰ ਦੇ ਬਿਲਕੁਲ ਨਾਲ ਕੰਡੇ ਦੀਆਂ ਤਾਰ ਜਿੱਥੋਂ ਤੱਕ ਇੰਟਰਨੈਸ਼ਨਲ ਬਾਰਡਰ ਜਾਂਦਾ ਉਹਦੇ ਬਿਲਕੁਲ ਉਸੇ ਏਰੀਏ ਦੇ ਵਿੱਚ, ਸਾਰੀ ਜਨਾਲਾ, ਰਾਜਸਥਾਨ ਸੀ, ਪਠਾਨਕੋਟ, ਦੀਨਾਨਗਰ, ਡੇਰਾ ਬਾਬਾ ਨਾਨਕ, ਇਹ ਸਾਰੀ ਬੈਲਟ ਜਿਹੜੀ ਹੈ ਉਹਦੇ ਵਿੱਚ ਉਹਨੇ ਕਿਹਾ ਕਿ 50-50, 60-60 ਫੁੱਟ ਡੂੰਘੇ ਜਿਹੜੇ ਨੇ ਮਾਈਨਿੰਗ ਦੇ ਨਾਲ ਗੋਰਜਸ ਬਣ ਗਈਆਂ ਨੇ। ਤੇ ਉਹਨਾਂ ਨੇ ਐਫੀਡੇਵਿਟ ਦਿੱਤਾ ਤੇ ਫਿਰ ਆਨਰੇਬਲ ਹਾਈਕੋਰਟ ਨੂੰ ਖੁਦ ਇੰਟਰਵੀਨ ਕਰਨਾ ਪਿਆ। ਅਸੀਂ ਇਹਨਾਂ ਨੂੰ ਗੁਜ਼ਾਰਿਸ਼ ਕੀਤੀ ਕਿ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਇਹਦੇ ਵਿੱਚ ਇੰਟਰਵੀਨ ਕਰੇ, ਇਹ ਬਹੁਤ ਸੀਰੀਅਸ ਮੈਟਰ ਹੈ। ਤੇ ਅਸੀਂ ਦਿਨ ਰਾਤ ਮਿਹਨਤ ਕਰਕੇ ਇਲੀਗਲ ਮਾਈਨਿੰਗ ਪੰਜਾਬ 'ਚੋਂ ਖਤਮ ਕਰ ਦਿੱਤੀ ਹੈ। ਬਤੌਰ ਮਾਈਨਿੰਗ ਮਿਨਿਸਟਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਪੰਜਾਬ ਦੇ ਵਿੱਚੋਂ ਇਲੀਗਲ ਮਾਈਨਿੰਗ ਖਤਮ ਹੋ ਚੁੱਕੀ ਹੈ। ਜਿੱਥੇ ਵੀ ਕਦੀ ਵੀ ਕੋਈ ਇਲੀਗਲ ਮਾਈਨਿੰਗ ਦੀ ਕੰਪਲੇਂਟ ਆਉਂਦੀ ਹੈ, ਫੌਰਨ ਐਕਸ਼ਨ ਹੁੰਦਾ, FIR ਹੁੰਦੀ ਹੈ ਅਤੇ ਉਹ ਮਾਮਲਾ ਦਰਜ ਕੀਤਾ ਅਤੇ ਕਿਸੇ ਦੇ ਨਾਲ ਕੋਈ ਭੇਦਭਾਵ ਨਹੀਂ। ਇਸ ਦੇ ਨਾਲ ਹੀ ਜਿਹੜਾ ਲੀਗਲ ਮਾਈਨਿੰਗ ਹੈ ਉਸ ਦੇ ਵਿੱਚ ਭਾਰੀ ਇਜ਼ਾਫਾ ਹੋਇਆ। ਆ ਜਿਹੜੇ ਟੈਂਡਰ ਦਿੱਤੇ ਗਏ ਸੀ ਇਹ ਪਿਛਲੀ ਸਰਕਾਰ ਵੱਲੋਂ ਦਿੱਤੇ ਗਏ ਸੀ ਅਤੇ ਮਾਰਚ 2023 ਤੱਕ ਹੈ। ਉਹਨਾਂ ਹੀ ਠੇਕੇਦਾਰਾਂ, ਉਹਨਾਂ ਕੰਟਰੈਕਟਰਾਂ ਤੋਂ ਸ਼ਿਕੰਜਾ ਕੱਸ ਕੇ ਇਮਾਨਦਾਰੀ ਦੇ ਨਾਲ ਲੀਗਲ ਮਾਈਨਿੰਗ।
सत्ता चाहुंदिया ही मान सरकार ने माइनिंग अते एक्साइज विभाग दे विच वड्डे सुधार लियाउण दे दावे कीते सन। माइनिंग पॉलिसी दा अजेंडा प्रोसेस ही है, पर नवी एक्साइज पॉलिसी लागू हुंदिया ही सवालां च घिर गई है। विरोधी लगातार हमलावर ने अते सरकार नूं घेरन दा कोई मौका नहीं छड्डना चाहुंदे। सोनाली फोगाट मौत मामले दे विच आए दिन नवा मोड़ आ रहा है। पहला ड्रग कनेक्शन आया ते हुण जायदाद दे एंगल दे नाल भी पुलिस जांच पड़ताल कर रही है। गोवा पुलिस ने हरियाणा दे विच आके की इकट्ठे कीते ने सबूत, देखने इस खास रिपोर्ट दे विच। सोनाली फोगाट की मौत के किन्ने राज ने, एक खंगालन के लिए गोवा पुलिस हिसार पहुंची हुई है अते साजिश के तार जोड़न दियां कोशिशां च जुटी है। पहले दिन गोवा पुलिस ने हिसार स्थित सोनाली का फार्म हाउस खंगालिया अते दूजे दिन संत नगर स्थित उसकी रिहायश ते पहुंची। सोनाली दे हिसार स्थित फार्म हाउस तो गोवा पुलिस नु अहम सबूत हाथ लगे ने। खुलासा होया है कि पीए सुधीर सांगवान इस फार्म हाउस नु लीज ते लैण की तैयारी कर रहा सी। डॉक्यूमेंट्स लेके आए थे सोनाली जी के जमीन के, फार्म हाउस वाले के, उसमें सुधीर सांगवान ने 20 साल के लिए वो पट्टे पर तैयार करवा रखे थे कागज, सालाना 60,000 रुपए में। वो डीड रजिस्टर नहीं हो पाई, उसके 3 बार टोकन कट चुके थे, लेकिन वो मतलब कि साइन और फोटो की वजह से रुक गई। परिवार ने जो दस्तावेज गोवा पुलिस नु दिते ने उन्हां दी तस्दीक करन दे लई पुलिस तहसील भी पहुंची। सुधीर सांगवान हमेशा साई वांग सोनाली दे नाल रहंदा सी। परिवार दा इल्जाम है कि सुधीर उन्हां नूं सोनाली नाल राबता नहीं करन दिंदा सी। सारा कुछ उसने कब्जे में रखा है, यहाँ किसी को मिलने नहीं देता था, घर वाले को उसके फादर तक को नहीं मिलने देता था, यहाँ अपना गेट के ऊपर फार्म हाउस पे नौकर छोड़ रखा था और कह रहा था बोला जो भी आए मेरे से पूछे बगैर है ना, मेरे मैं जिसको कहूँ उसको अंदर आने देना। इस मर्डर मिस्ट्री दा सेंट्रल पॉइंट फिलहाल सोनाली दा पीए सुधीर सांगवान ही है। पूरी कहानी सुधीर सांगवान दे इर्द गिर्द घूमती नजर आ रही है। हालांकि परिवार इस पिछे सियासी साजिश होने तो भी इनकार नहीं कर रहा है। क्या राजनीतिक मोटिव भी हो सकता है, कुछ षड्यंत्र हो सकता है? हाँ बिल्कुल हो सकता है जी, इसलिए आप सीबीआई जांच की मांग करते हैं? बिल्कुल जी। सोनाली फोगाट 2019 आदमपुर सीट तो विधानसभा चुन लड़ चुकी है। हालांकि फोगाट नु इत्थे हार दा सामना करना पिया सी। हुण तक इस पूरे मामले च सोनाली फोगाट दा पीए सुधीर सांगवान, पीए दा दोस्त सुखविंदर, गोवा क्लब दा मालिक एडविन, ड्रग पेडलर ड्रामा, रिजॉर्ट दा वेटर दत्ता प्रसाद अते डीवीआर चोरी करन दे इल्जामां च शिवम नां दा शख्स गिरफ्तार हो चुके ने। पर परिवार ना तो गोवा पुलिस की जांच तो संतुष्ट है अते ना ही हरियाणा पुलिस की। दलील दे रहा है कि सीबीआई जांच जिन्नी देरी होवेगी मौत की गुत्थी उन्नी ही उलझती जाएगी। फ्रंटफुट दे विच अज दे लई इन्ना ही, मैनू दिओ इजाजत। परदेश दुनिया ते पंजाब दी हर वड्डी खबर देखण दे लई देखते रहो एबीपी सांझा।